ਫਕੀਰ, ਬਾਬਾ ਕੁਛ ਦੇ ਦੇ, ਮੈਂ ਬਹੁਤ ਭੁੱਖਾ ਵਾਂ। ਅਗੂ ਬੰਦਾ, ਤੇਰੇ ਕੋਲ 50 ਰੁਪਏ ਦਾ ਖੁੱਲਾ ਹੈ? ਫਕੀਰ ਨੇ ਕਿਹਾ ਉਹ ਹੈਗਾ। ਅਗੂ ਬੰਦਾ, ਤੇ ਸਾਲਿਆ ਪਹਿਲੇ ਉਹ ਤੇ ਖਤਮ ਕਰ ਲਾ। ਮਰੀਜ਼ ਡਾਕਟਰ ਨੂੰ, ਡਾਕਟਰ ਸਾਹਿਬ ਮੇਰੀ ਬੀਵੀ ਮੈਨੂੰ ਬਹੁਤ ਮਾਰਦੀ ਏ। ਡਾਕਟਰ, ਤੈਨੂੰ ਕਦੋਂ ਮਾਰਦੀ ਏ? ਮਰੀਜ਼, ਡਾਕਟਰ ਸਾਹਿਬ ਹਰ ਹਫਤੇ ਮਾਰਦੀ ਏ। ਅੱਗੂ ਡਾਕਟਰ, ਤੇ ਸਾਲਿਆ ਤੂੰ ਖੁਸ਼ ਨਸੀਬ ਆ, ਮੇਰੀ ਬੁੱਢੀ ਤੇ ਮੈਨੂੰ ਰੋਜ਼ ਮਾਰਦੀ ਏ। ਪਠਾਨ ਡਾਕਟਰ ਨੂੰ, ਹਮਾਰਾ ਵਜ਼ਨ ਬਹੁਤ ਬੜ ਗਿਆ ਹੈ। ਡਾਕਟਰ, ਤੂੰ ਰੋਜ਼ 10 ਕਿਲੋਮੀਟਰ ਪੈਦਲ ਚਲਿਆ ਕਰ। ਇੱਕ ਸਾਲ ਬਾਅਦ ਡਾਕਟਰ ਨੂੰ ਪਠਾਨ ਦਾ ਫੋਨ ਆਇਆ। ਓ ਡਾਕਟਰ ਸਾਹਿਬ, ਵਜ਼ਨ ਤੋਂ ਕਮ ਹੋ ਗਿਆ, ਲੇਕਿਨ ਹਮ ਅਫਗਾਨਿਸਤਾਨ ਪਹੁੰਚ ਗਿਆ। ਇੱਕ ਸ਼ਾਦੀ ਦੇ ਫੰਕਸ਼ਨ ਵਿੱਚ ਮਾਂ ਆਪਣੇ ਛੋਟੇ ਬੱਚੇ ਨੂੰ ਕਹਿੰਦੀ, ਜਾ ਬੇਟਾ ਆਂਟੀ ਨੂੰ ਇੱਕ ਪੱਪੀ ਕਰ। ਬੱਚਾ, ਨਹੀਂ ਅੰਮੀ, ਮੈਨੂੰ ਡਰ ਲੱਗਦਾ ਹੈ। ਮਾਂ, ਪੁੱਤਰ ਕਿਉਂ? ਬੱਚਾ ਮਸੂਮੀਅਤ ਨਾਲ, ਥੋੜੀ ਦੇਰ ਪਹਿਲੇ ਪਾਪਾ ਨੇ ਵੀ ਲਈ ਸੀ, ਆਂਟੀ ਨੇ ਉਹਨਾਂ ਦੇ ਥੱਪੜ ਕੱਢ ਮਾਰੇ ਆ। ਫਕੀਰ, ਇੱਕ ਬੰਦੇ ਨੂੰ, ਸਾਹਿਬ ਜੀ ਕੀ ਹੋ ਗਿਆ? 2 ਸਾਲ ਪਹਿਲੇ ਤੁਸੀਂ ਮੈਨੂੰ 10 ਰੁਪਏ ਦਿੰਦੇ ਸੀ, ਪਿਛਲੇ ਸਾਲ ਤੁਸੀਂ 5 ਕਰ ਦਿੱਤੇ, ਤੇ ਇਸ ਸਾਲ ਤੁਸੀਂ ਰੁਪਈਆ ਦੇਣ ਲੱਗ ਪਏ ਹੋ। ਬੰਦਾ, ਦਰਅਸਲ ਗੱਲ ਇਹ ਆ ਕਿ 2 ਸਾਲ ਪਹਿਲੇ ਮੈਂ ਕੁਆਰਾ ਸੀ, ਪਿਛਲੇ ਸਾਲ ਮੇਰੀ ਸ਼ਾਦੀ ਹੋਈ ਤੇ ਇਸ ਸਾਲ ਮੇਰਾ ਬੱਚਾ ਹੋ ਗਿਆ। ਅੱਗੋ ਫਕੀਰ, ਬੜੀ ਗੱਲ ਹੈ ਸਾਹਿਬ ਜੀ, ਇਹਦਾ ਮਤਲਬ ਫਿਰ ਸਾਡੇ ਪੈਸਿਆਂ ਤੇ ਗੁਜ਼ਾਰਾ ਕਰ ਰਹੇ ਹੋ? ਟੀਚਰ ਸਟੂਡੈਂਟ ਨੂੰ, ਬੇਟਾ ਇਹ ਦੱਸ ਉਹ ਕਿਹੜਾ ਡਿਪਾਰਟਮੈਂਟ ਆ ਜਿਹਦੇ ਵਿੱਚ ਔਰਤ ਨਹੀਂ ਕੰਮ ਕਰ ਸਕਦੀ? ਬੱਚਾ, ਜੀ ਫਾਇਰ ਬ੍ਰਿਗੇਡ। ਮਿਸ ਨੇ ਪੁੱਛਿਆ, ਉਹ ਕਿਉਂ? ਅੱਗੋ ਬੱਚਾ, ਮਿਸ ਕਿਉਂਕਿ ਔਰਤ ਦਾ ਕੰਮ ਅੱਗ ਬੁਝਾਉਣਾ ਨਹੀਂ, ਅੱਗ ਲਾਉਣਾ ਵਾ।